एक पासे जिथे पंजाब दे विच नशा नौजवानों अपनी गिरफ्त दे विच लै रहा है, उत्थे पंजाब दी कांग्रेस सरकार नौजवानों नशे तो दूर रखने के लिए खेल मैदानों दे नाल जोड़न दी गल कर रही है। पर दूजे पासे जे गल करिए पायल दी तां उत्थे 1976 दे विच बनाई गई एक लाइब्रेरी जिसका उद्घाटन साबका मुख्यमंत्री मरहूम बेअंत सिंह दे वल्लों कीता गया सी। लाइब्रेरी दे नाल नाल इत्थे एक जिम की भी स्थापना की गई सी तां जो नौजवान इत्थे आ के कसरत कर सकन। पर हुण इस लाइब्रेरी दी जे गल करिए इत्थे ना तां नौजवानों दे लई किताबां हन अते ना ही जिम दा समान जो कि उस वेले रख्या गया सी। लाइब्रेरी दे अंदर किताबां दी जगह छत दा मलबा अते शराब दीआं बोतलां दिखदीआं ने। उत्थे इस संबंध दे विच नौजवान अते स्थानक निवासियों दा कहना है कि लाइब्रेरी नूं दुबारा तों बनाउण दे लई ओह पिछले काफी लंबे समय तों मंग कर रहे ने अते इस दे नाल नाल अधिकारियों अते कोटली परिवार दे नाल भी संपर्क कीता गया सी, पर उन्हां नूं आश्वासन दे दित्ता जांदा है पर लाइब्रेरी नूं तैयार करवाउण दे लई कोई भी अग्गे नहीं आ रहा। मेरा नाम है सनी टंडन। ਇਹਨੂੰ ਹੋ ਗਈ ਘੱਟੋ ਘੱਟ 5-6 ਸਾਲ ਹੈਗੀ ਤਾਂ 10 ਸਾਲ ਪੁਰਾਣੀ ਹੈ, ਪੁਰਾਣੀ ਖਰਾਬ ਹੋਈ ਨੂੰ ਇੱਦਾਂ ਟੁੱਟੀ ਹੋਈ ਨੂੰ, ਪਰ 5 ਸਾਲ ਦੇ ਅਸੀਂ ਇਹਦੇ ਮਗਰ ਪਏ ਹੋਏ ਹਾਂ, ਇਹਨੂੰ ਕੋਈ ਤਿਆਰੀ ਨਹੀਂ ਕਰਾ ਰਹੇ। ਬਸ ਤਾਂ ਹੀ ਬਹੁਤ ਕੁਛ ਕਰਕੇ ਦੇਖ ਲਿਆ, ਜਿੰਨੇ ਬੰਦੇ ਆ ਜਿਹਨੂੰ ਕਹਿੰਦੇ ਆ ਉਹਦੇ ਕੋਲ ਜਾ ਜਾਂਦੇ ਆ, ਜਦੋਂ ਨਹੀਂ ਕੋਈ ਹੱਲ ਮਿਲਦਾ ਅਸੀਂ ਆਪ ਵੀ ਕਿਹਾ ਸੀ ਆਪ ਤਿਆਰ ਕਰਾ ਲੈਂਦੇ ਹਾਂ ਵੀ ਸਾਨੂੰ ਬਾਅਦ 'ਚ ਕੋਈ ਰੋਕੇ ਟੋਕੇ ਨਾ। ਅਸੀਂ ਜਿਹੜੇ ਇਹਦੇ ਜਿੰਨੇ ਪੁਰਾਣੇ ਮੈਂਬਰ ਨੇ ਸਾਰੇ ਬਹੁਤ ਵਧੀਆ ਨੇ ਸਾਡੇ ਆੜੀ ਨੇ, ਉਹਨਾਂ ਕੋਲ ਵੀ ਜਾਏ, ਉਹ ਕਹਿੰਦੇ ਤੁਸੀਂ ਸ਼ੁਰੂ ਕਰੋ ਅਸੀਂ ਤੁਹਾਡੇ ਨਾਲ ਹਾਂ। ਉਹਨਾਂ ਨੇ ਆਪਣੇ ਆਪ ਵੀ ਕਿਹਾ ਵੀ ਅਸੀਂ ਤੁਹਾਨੂੰ 1000-1000 ਰੁਪਇਆ ਦਿੰਦੇ ਹਾਂ ਜਿੰਨੇ ਬੰਦੇ ਆ ਵੀ ਤੁਸੀਂ ਇਹਨੂੰ ਸ਼ੁਰੂ ਕਰੋ। ਜਿੱਦਣ ਇਹ ਸ਼ੁਰੂ ਕਰ ਲਿਆ ਸਾਨੂੰ ਪਤਾ ਹੀ ਇਹ 'ਚ ਫਿਰ ਕਿਸੇ ਨਾ ਕਿਸੇ ਨੇ ਆ ਕੇ ਲੱਤ ਫਸਾ ਕੇ ਕੰਮ ਬੰਦ ਕਰਾ ਦੇਣਾ। ਗਏ ਹਾਂ ਜੀ ਸਾਰਿਆਂ ਕੋਲ, ਗਏ ਹਾਂ ਕੀ ਕਹਿੰਦੇ ਨੇ ਵੀ ਕਰਾਂਗੇ ਜੀ, ਤੁਸੀਂ ਚਲੋ ਆ ਗਏ, ਤੁਸੀਂ ਚਲੋ ਆ ਗਏ। ਉਹਨਾਂ ਕੋਲ ਵੀ ਗਏ ਹਾਂ ਜੀ, ਉਹਨਾਂ ਨੇ ਵੀ ਕਿਹਾ 1-2 ਵਾਰ ਵੀ ਤੁਹਾਡਾ ਕਰਦੇ ਆ ਹੱਲ, ਤੁਸੀਂ ਮੇਰੀ ਜਾ ਕੇ ਉੱਥੇ ਗੱਲ ਕਰਾਓ। ਜਾਣੂ ਤੁਹਾਨੂੰ ਪਤਾ ਹੀ ਫਿਰ ਕੌਣ ਸੁਣਦਾ ਕਿਸੇ ਦੀ। ਕੀ ਮੰਗ ਕਰਦੇ ਹੋ? ਮੰਗ ਕੀ ਕਰਦੇ ਜੀ, ਬਸ ਜਾਂ ਤਾਂ ਸਾਨੂੰ ਇਹਨੂੰ ਤਿਆਰ ਕਰਨ ਦੇ ਦੇਣ ਜਾਂ ਸਾਨੂੰ ਆਪ ਆ ਕੇ ਇਹਨੂੰ ਤਿਆਰ ਕਰ ਦੇਣ। ਵਿਕਾਸ ਕੁਮਾਰੀ, ਇਹ 4-5 ਸਾਲ ਹੋ ਗਏ ਜੀ ਇਹ ਖਸਤਾ ਹਾਲਤ ਨੂੰ ਜੀ। ਇਹ ਪਹਿਲਾਂ ਇੱਥੇ ਮੁੰਡੇ ਜਿੰਮ ਲਾਉਂਦੇ ਜੀ ਪੈਲ ਦੇ ਜੀ, ਆਹ ਹੁਣ ਇੱਥੇ ਬਸ ਜਿਵੇਂ ਸ਼ਰਾਬਾਂ ਪੀ ਜਾਂਦੇ ਸੀਗੇ ਪਹਿਲਾਂ ਜੀ, ਹੁਣ ਬੋਤਲਾਂ ਵੀ ਤੁਸੀਂ ਦੇਖੀਆਂ ਨੇ ਅੰਦਰ ਪਈਆਂ ਨੇ ਜੀ। ਬਸ ਅਸੀਂ ਮੰਗ ਕਰਦੇ ਹਾਂ ਜੀ ਇਹਨੂੰ ਬਣਾਇਆ ਜਾਵੇ ਜੀ, ਨਹੀਂ ਜੀ ਇੱਦਾਂ ਨਹੀਂ ਹੋਣੇ ਜੀ। ਅਸੀਂ ਤਾਂ ਹੁਣ ਗਏ ਵੀ ਸੀਗੇ, ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਸੀਗੀ, ਉੱਥੇ ਉੱਚ ਅਧਿਕਾਰੀਆਂ ਨੂੰ ਵੀ ਕਿਹਾ ਸੀਗਾ ਜੀ, ਉਹਨਾਂ ਕੋਲ ਗਏ ਸੀ, ਕਹਿੰਦੇ ਕਰਵਾਉਂਦੇ ਹਾਂ ਅਸੀਂ ਅੱਜ ਵੀ 1-2 ਦਿਨ ਤੋਂ ਆਉਂਦੇ ਹਾਂ, ਕੋਈ ਨਹੀਂ ਆਇਆ ਜੀ ਇੱਥੇ, ਉਹ 3-4 ਵਾਰੀ ਜਾਇਆ ਜੀ ਅਸੀਂ। ਦੇਖੋ ਜੀ ਇਹਦੇ ਲਈ ਇੱਥੇ ਦਾ ਲੋਕਲ ਪ੍ਰਸ਼ਾਸਨ ਜ਼ਿੰਮੇਵਾਰ ਆ, ਕਿਉਂਕਿ ਕਾਂਗਰਸ ਦੀ ਜਿਹੜੀ ਸਰਕਾਰ ਆ ਲੰਬਾ ਟਾਈਮ ਰਹੀ ਆ, ਹੁਣ ਮੌਜੂਦਾ ਵਿਧਾਇਕ ਵੀ ਕਾਂਗਰਸ ਦਾ ਇੱਥੇ। ਤੁਸੀਂ ਪਿਛਲਾ 10 ਜਾਂ 15 ਸਾਲ ਦਾ ਇਤਿਹਾਸ ਦੇਖ ਲਓ, ਇੱਥੇ ਸ਼ਮਸ਼ਾਨ ਘਾਟਾਂ ਵਾਸਤੇ ਹਰੇਕ 5 ਸਾਲ ਬਾਅਦ 1-1.5 ਕਰੋੜ ਰੁਪਇਆ ਜਾਂਦਾ, ਇੱਥੇ ਦੇ ਧਰਮਸ਼ਾਲਾ ਵਾਸਤੇ 1-1.5 ਕਰੋੜ ਰੁਪਇਆ ਆ ਰਿਹਾ। ਪਰੰਤੂ ਜਿੱਥੇ ਨੌਜਵਾਨਾਂ ਨੇ ਪੜ੍ਹ ਕੇ, ਇੱਕ ਲਾਇਬ੍ਰੇਰੀ ਆ ਇੱਕ ਜਿੰਮ ਆ, ਜਿੱਥੇ ਪੜ੍ਹ ਕੇ ਨੌਜਵਾਨਾਂ ਨੇ ਕੋਈ ਨੌਲੇਜ ਲੈਣੀ ਆ ਔਰ ਕਸਰਤ ਕਰਕੇ ਨਸ਼ੇ ਤੋਂ ਮੁਕਤ ਹੋਣਾ, ਉਸ ਵੱਲ ਸਰਕਾਰ ਦਾ ਬਿਲਕੁਲ ਧਿਆਨ ਨਹੀਂ ਹੈ। ਇਸ ਲਈ ਇਹ ਜਿਹੜੇ ਜਾਣ ਬੁੱਝ ਕੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦਾ ਹੀ ਇੱਕ ਤਰੀਕਾ ਵੀ ਨੌਜਵਾਨ ਸਹੀ ਸੇਧ ਸਿੱਧੇ ਰਸਤੇ 'ਤੇ ਨਾ ਸਕਣ। ਬਾਕੀ ਮੈਂ ਤਾਂ ਪ੍ਰਸ਼ਾਸਨ ਨੂੰ ਕਈ ਵਾਰ ਅਸੀਂ ਕਹਿ ਚੁੱਕੇ ਹਾਂ, ਪਰ ਇਹ ਜਿਹੜੀ ਜਗ੍ਹਾ ਸਿਆਸਤ ਦੀ ਭੇਟ ਚੜ੍ਹੀ ਹੋਈ ਆ, ਇਸ ਲਈ ਇਹਨੂੰ ਸਿਆਸਤ ਤੋਂ ਮੁਕਤ ਹੋ ਕੇ ਇਹਨੂੰ ਲਾਇਬ੍ਰੇਰੀ ਨੂੰ ਜਲਦੀ ਤੋਂ ਜਲਦੀ ਬਣਾਉਣਾ ਚਾਹੀਦਾ। ਦੇਖੋ ਸਰਕਾਰ ਸਿਰਫ ਕਾਗਜ਼ਾਂ ਦੇ ਵਿੱਚ ਵਾਅਦੇ ਕਰਦੀ ਆ ਵੀ ਨੌਜਵਾਨਾਂ ਨੂੰ ਨੌਕਰੀਆਂ ਦੇਣੀਆਂ ਨੇ, ਨੌਜਵਾਨਾਂ ਨੂੰ ਨਸ਼ਾ ਮੁਕਤ ਕਰਨਾ ਜਾਂ ਨੌਜਵਾਨਾਂ ਨੂੰ ਕੋਈ ਸਹੂਲਤ ਦੇਣੀ ਆ। ਜਦ ਇਹ ਗਰਾਊਂਡ 'ਤੇ ਤੁਸੀਂ ਕਿਤੇ ਵੀ ਜਾ ਕੇ ਦੇਖ ਲਓ ਰਿਐਲਿਟੀ 'ਤੇ ਜਾਂਦਾ ਤਾਂ ਨੌਜਵਾਨਾਂ ਦੇ ਲਈ ਇਹਨਾਂ ਲਈ ਕੁਛ ਨਹੀਂ ਹੈ, ਸਿਰਫ ਫੋਕੇ ਵਾਅਦੇ ਨੇ। ਹੁਣ ਜਿਸ ਦੀ ਉਦਾਹਰਨ ਇਹ ਪੈਲ ਦੀ ਲਾਇਬ੍ਰੇਰੀ ਆ, ਤੁਸੀਂ ਅੰਦਰ ਖਸਤਾ ਹਾਲਤ ਦੇਖੀ ਆ, ਜਿੰਮ ਦਾ ਜਿਹੜਾ ਸਮਾਨ ਸੀ ਬਿਲਕੁਲ ਟੁੱਟਿਆ ਪਿਆ, ਉਹ ਸਮਾਨ ਚੋਰੀ ਹੋ ਚੁੱਕਿਆ, ਇਹ ਨਸ਼ੇ ਦਾ ਅੱਡਾ ਬਣ ਚੁੱਕਿਆ, ਇਹ ਜਿਹੜੀ ਜਗ੍ਹਾ ਜਿੱਥੇ ਮੁਸ਼ਕ ਮਾਰਦਾ ਬੈਠਣ ਨੂੰ ਵੀ ਦਿਲ ਨਹੀਂ ਕਰਦਾ ਹੈ। ਸਰਦਾਰ ਬੇਅੰਤ ਸਿੰਘ ਜੀ ਨੇ ਆਪਣੇ ਸਮੇਂ ਦੌਰਾਨ ਬਹੁਤ ਵੱਡੇ ਕੰਮ ਕੀਤੇ ਸੀ, ਉਹਦੇ ਵਿੱਚ ਇੱਕ ਪੈਲ ਵੀ 1976 ਵਿੱਚ ਯੁਵਕ ਸਭਾਵਾਂ ਕਲੱਬ ਵੱਲੋਂ ਲਾਇਬ੍ਰੇਰੀ ਦਾ ਉਸਾਰਨ ਕੀਤਾ ਗਿਆ, ਜਿਸ ਵਿੱਚ ਪੰਜਾਬ ਸਰਕਾਰ ਨੇ ਉਸ ਸਮੇਂ ਬੜੀ ਮਦਦ ਕੀਤੀ ਸੀ ਅਤੇ ਸਰਦਾਰ ਬੇਅੰਤ ਸਿੰਘ ਜੀ ਦੇ ਜਿਹੜੇ ਕੰਮ ਕੀਤੇ ਹੋਏ ਨੇ ਉਹਨਾਂ ਨੂੰ ਅੱਗੇ ਤੋਰਨ ਲਈ ਉਹਨਾਂ ਦੇ ਪਰਿਵਾਰ ਨੇ ਬੜੀ ਮਿਹਨਤ ਕੀਤੀ ਆ, ਅਤੇ ਮੈਂ ਵੀ ਉਹਨਾਂ ਦੇ ਪਰਿਵਾਰ ਦੇ ਨਾਲ ਰਲ ਕੇ ਪੈਲ ਹਲਕੇ ਨੂੰ ਅੱਗੇ ਲੈ ਕੇ ਜਾਣ ਦਾ ਯਤਨ ਕੀਤਾ। ਜਿਹੜੀ ਇਹ ਲਾਇਬ੍ਰੇਰੀ ਦੀ ਗੱਲ ਆ, ਇਹ ਮੇਰੇ ਪਿਛਲੇ ਦਿਨਾਂ 'ਚ ਧਿਆਨ 'ਚ ਜ਼ਰੂਰ ਆਈ ਆ, ਮੈਂ ਇਹਨੂੰ ਜਲਦ ਤੋਂ ਜਲਦ ਰਿਪੇਅਰ ਕਰਾਉਣ ਲਈ ਅਤੇ ਨੌਜਵਾਨਾਂ ਦੀ ਜੋ ਲੋੜ ਮੰਗੋ ਪੂਰਾ ਕਰਨ ਲਈ ਪੰਜਾਬ ਸਰਕਾਰ ਤੋਂ ਗ੍ਰਾਂਟ ਲੈ ਕੇ ਦੇਵਾਂਗੇ, ਰਿਪੇਅਰ ਵੀ ਕਰਾਵਾਂਗੇ। ਅਤੇ ਨਾਲ ਦੀ ਨਾਲ ਪੈਲ ਅੰਦਰ ਮੈਂ ਪਿਛਲੇ ਦਿਨਾਂ 'ਚ ਇੱਕ ਟੂਰਨਾਮੈਂਟ ਹੋਏ, ਉੱਥੇ ਵੀ ਨੌਜਵਾਨਾਂ ਲਈ 5 ਲੱਖ ਰੁਪਈਆ ਦੇਣ ਦਾ ਵਾਅਦਾ ਕੀਤਾ, ਉਹ ਵੀ ਦੇਵਾਂਗੇ। ਖਾਸ ਤੌਰ 'ਤੇ ਮੇਰਾ ਆਪਣਾ ਪੈਲ ਹੋਣ ਕਰਕੇ ਮੈਂ ਪੈਲ ਸ਼ਹਿਰ ਅੰਦਰ ਸਾਡੇ ਹੁਣ ਵੱਖ ਵੱਖ ਤਰ੍ਹਾਂ ਦੀਆਂ ਗ੍ਰਾਂਟਾਂ ਲੈ ਕੇ ਆਉਂਦੀਆਂ ਨੇ, ਜਿਸ ਵਿੱਚ SC ਭਾਈਚਾਰੇ ਦੀਆਂ 6 ਧਰਮਸ਼ਾਲਾ ਨੇ, ਉਹਨਾਂ ਲਈ 6ਾਂ ਲਈ ਇੱਕ ਪਹਿਲੀ ਵਾਰ ਹੋਇਆ ਵੀ ਇਕੱਠਾ 24 ਲੱਖ ਰੁਪਇਆ, ਹਰੇਕ ਧਰਮਸ਼ਾਲਾ ਨੂੰ 4 ਲੱਖ ਰੁਪਈਆ,
ਅਤੇ ਹੁਣ 1.5 ਕਰੋੜ ਦੇ ਪ੍ਰੋਜੈਕਟ ਮੈਂ ਤਿਆਰ ਕਰਾ ਰਿਹਾ ਪੈਲ ਸ਼ਹਿਰ ਦੇ, ਤਾਂ ਕਿ ਪੈਲ ਦਾ ਨਵੀਨੀਕਰਨ ਅਤੇ ਸੁੰਦਰੀਕਰਨ ਹੋ ਸਕੇ। ਖੰਨਾ ਤੋਂ ਸੰਜੇ ਸੈਣੀ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI।